ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਜੀ ਪੰਜਾਬ ਦੇ ਵਿੱਚ ਬਿਜਲੀ ਵਰਤਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਸਰਕਾਰ ਨੇ ਬਿੱਲਾਂ ਦੇ ਬਾਰੇ ਵਿੱਚ ਕਰ ਦਿੱਤਾ ਹੈ ਵੱਡਾ ਐਲਾਨ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਓ ਵੱਡੀ ਖਬਰ ਦਾ ਤੁਹਾਨੂੰ ਪਤਾ ਲੱਗ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਜੀ ਪੰਜਾਬ ਦੇ ਵਿੱਚ ਬਿਜਲੀ ਵਰਤਣ ਵਾਲਿਆਂ ਦੇ ਲਈ ਆ ਚੁੱਕੀ ਹੈ ਇਹ ਖਬਰ ਜਿਸ ਦੇ ਬਾਰੇ ਹੁਣੇ ਹੋਇਆ ਹੈ ਐਲਾਨ ਪੰਜਾਬ ਦੇ ਵਿੱਚ ਹੁਣ ਬਿਜਲੀ ਵਿਭਾਗ ਦੇ ਵੱਲੋਂ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਦੇ ਲਈ ਇੱਕ ਸਮਾਂ ਸੀਮਾ ਤੈਅ ਕੀਤੀ ਜਾਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਜਿਆਦਾ ਕੀਮਤ ਵਾਲੇ ਬਿੱਲਾਂ ਦਾ ਭੁਗਤਾਨ ਡਿਜੀਟਲ ਤਰੀਕੇ ਦੇ ਨਾਲ ਕੀਤਾ ਜਾਵੇਗਾ ਤੇ ਉਪਭੋਗਤਾਵਾਂ ਕਿਸੇ ਵੀ ਡਿਜੀਟਲ ਚੈਨਲ ਮੋਡ ਜਰੀਏ ਭੁਗਤਾਨ ਲਈ ਬਿਜਲੀ ਦੇ ਬਿੱਲ ਦਾ ਖਾਤਾ ਨੰਬਰ ਦਰਜ ਕਰੇਗਾ ਤੇ ਉੱਤੇ ਹੀ ਬਿੱਲ ਦੇ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਤੇ ਜਿਸ ਵਿੱਚ ਬਿੱਲ ਦੀ ਕੀਮਤ ਆਖਰੀ ਤਰੀਕ ਦੀ ਆਨਲਾਈਨ ਅਦਾਇਗੀ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ ਤੇ ਪੇਟੀਐਮ ਦੇ ذریعے ਆਨਲਾਈਨ ਭੁਗਤਾਨ ਕਰਨ ਦੇ ਉੱਪਰ ਕੋਈ ਵੀ ਚਾਰਜ ਨਹੀਂ ਲੱਗਦਾ ਤੇ ਇਸ ਤੋਂ ਇਲਾਵਾ ਬੈਂਕਾਂ ਦੀ ਭੀਮ ਸੁਵਿਧਾ ਦੇ ਰਾਹੀਂ ਵੀ ਬਿੱਲ ਭਰਿਆ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਪੀਐਸਪੀਸੀ ਐਲ ਦੀ ਵੈੱਬਸਾਈਟ ਦੇ ذریعے ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਤੇ ਵਿਭਾਗ ਦੇ ਬਲੋ ਨਮੀ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 20000 ਤੋਂ ਬਾਅਦ ਬਿੱਲ ਦੀ ਅਦਾਇਗੀ 1 ਜੁਲਾਈ 2021 ਤੋਂ ਸਿਰਫ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੀ ਜਾਵੇਗੀ ਤੇ ਇਸ ਤੋਂ ਪਹਿਲਾਂ 1 ਜੁਲਾਈ ਸਾਲ 2019 ਤੋਂ 20000 ਤੋਂ ਵੱਧ ਕੀਮਤ ਦੇ ਬਿੱਲ ਦਾ ਭੁਗਤਾਨ ਡਿਜੀਟਲ ਤਰੀਕੇ ਦੇ ਨਾਲ ਲਾਜ਼ਮੀ ਕੀਤਾ ਗਿਆ ਸੀ